ਤੁਹਾਡੀ ਇਸ ਹਿੰਮਤ ਤੇ ਲਗਨ ਨੇ ਉਹ ਸੰਕਾਰੀ ਮੁੱਖ ਮੰਤਰੀ ਜਿਹੜਾ ਅੱਜ ਤੋਂ ਮਹੀਨਾ ਪਹਿਲਾਂ ਕਹਿੰਦਾ ਸੀ, ਪੱਤਰਕਾਰ ਪੁੱਛਦੇ ਸੀ ਵੀ ਕੈਪਟਨ ਸਾਹਿਬ ਲੋਕ ਸਭਾ ਦੀਆਂ ਸੀਟਾਂ ਦਾ ਕਾਂਗਰਸ ਪਾਰਟੀ ਕਿੱਥੇ ਖੜਦੀ ਹੈ, ਤੇ ਕੈਪਟਨ ਪੱਟ ਨੂੰ ਥਾਪੀ ਮਾਰ ਕੇ ਕਹਿੰਦਾ ਸੀ ਤੇਰੇ ਹੀ ਮੇਰੀਆਂ। ਤੇ ਆ ਪੰਜ ਚਾਰ ਦਿਨ ਪਹਿਲਾਂ ਮੈਂ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਇੰਟਰਵਿਊ ਟੀਵੀ ਤੇ ਦੇਖ ਰਿਹਾ ਸੀ, ਇੱਕ ਪੱਤਰਕਾਰ ਦੋਸਤ ਨੇ ਪੁੱਛਿਆ ਕੈਪਟਨ ਸਾਹਿਬ ਕਿੰਨੀਆਂ, 13 ਭੁੱਲ ਗਿਆ, ਤੁਹਾਡੇ ਜੋਸ਼ ਕਰਕੇ 13 ਭੁੱਲ ਗਿਆ, ਕਹਿੰਦਾ ਵੱਡੀ ਗਿਣਤੀ ਦੇ ਵਿੱਚ ਸਫਲਤਾ ਹਾਸਲ ਕਰਾਂਗੇ। ਫੂਕ ਨਿਕਲ ਗਈ ਕੈਪਟਨ ਦੀ। ਕਿਸੇ ਨੇ ਦੋਸਤੋ ਕਿਸੇ ਸਿਆਣੇ ਸੱਜਣ ਨੇ ਖਰਗੋਸ਼ ਨੂੰ ਪੁੱਛਿਆ ਕਹਿੰਦਾ ਮਾਸ ਖਾਣਾ, ਤੇ ਖਰਗੋਸ਼ ਨੇ ਕਿਹਾ ਮੇਰਾ ਹੀ ਬਾਜੇ ਉਹੀ ਬਹੁਤ। ਤੇ ਅੱਜ ਰਾਜੇ ਨੂੰ ਰਾਣੀ ਬਚਾਉਣ ਦੀ ਪਈ ਆ ਬੈਠਾ ਧਰਮ ਡਾਕਟਰ ਧਰਮਵੀਰ ਗਾਂਧੀ। ਪਾਸੇ ਰਾਣੀ ਬੁਲਟ ਪਰੂਫ ਗੱਡੀ ਦੇ ਵਿੱਚ ਪ੍ਰਚਾਰ ਕਰਨ ਨਿਕਲਦੀ ਹੈ, ਤੇ ਦੂਜੇ ਪਾਸੇ ਡਾਕਟਰ ਧਰਮਵੀਰ ਗਾਂਧੀ ਰਕਸ਼ੇ ਦੇ ਉੱਤੇ ਮਾਈਕ ਫੜ ਕੇ ਤੁਰਿਆ ਫਿਰਦਾ ਪਾਰਲੀਮੈਂਟ ਹਲਕਾ ਪਟਿਆਲਾ ਦੇ ਅੰਦਰ। ਰਾਜਾ ਰਾਣੀ ਨਹੀਂ ਬਚਾ ਸਕਦਾ, ਬਾਕੀ ਕਾਂਗਰਸ ਤਾਂ ਹੈਗੀ ਕਿਹੜੇ ਬਾਗ ਦੀ ਮੂਲੀ ਨੇ। ਭੈਣ ਕੁਮਾਰੀ ਮਾਇਆਵਤੀ ਨੰਬਰ 1 ਹੈ। ਬਹੁਤ ਹੀ ਸਤਿਕਾਰਯੋਗ ਭੈਣੋ ਤੇ ਭਰਾਓ, ਆਦਰ ਤੇ ਸਤਿਕਾਰ ਸਹਿਤ ਫਤਿਹ ਅਰਜ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਜੈ ਭੀਮ, ਜੈ ਭੀਮ, ਇਨਕਲਾਬ, ਰਿਸ਼ਵਤਖੋਰ, ਰਿਸ਼ਵਤਖੋਰ। ਦੋਸਤੋ ਬਹੁਤ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਪੰਜਾਬ ਡੈਮੋਕ੍ਰੈਟਿਕ ਅਲਾਇੰਸ, ਸਤਿਕਾਰਯੋਗ ਭੈਣ ਕੁਮਾਰੀ ਮਾਇਆਵਤੀ ਜੀ ਨੂੰ ਸਲਾਮ ਕਰਦਾ, ਉਹਨਾਂ ਦੀ ਵਰਕਿੰਗ ਨੂੰ ਸਲਾਮ ਕਰਦਾ। ਅਤੇ ਦੋਸਤੋ ਯਾਦ ਕਰੋ ਜਿੱਦਣ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਬਣਿਆ, ਅਤੇ ਉਸ ਦਿਨ ਅਕਾਲੀ ਅਤੇ ਕਾਂਗਰਸੀਆਂ ਦੇ ਮਨ ਦਾ ਡਰ ਪ੍ਰੈਸ ਦੇ ਜ਼ਰੀਏ ਤੁਹਾਡੇ ਸਾਹਮਣੇ ਆਉਂਦਾ ਸੀ। ਕਹਿੰਦੇ ਸੀ ਇਹ ਇਕੱਠੇ ਨਹੀਂ ਰਹਿ ਸਕਦੇ, ਇਹ ਸੀਟਾਂ ਵੰਡਣ ਲੱਗੇ ਲੜ ਪੈਣਗੇ। ਗੁਰੂ ਦੀ ਐਸੀ ਪਾਰ ਬਖਸ਼ਿਸ਼ ਹੋਈ, ਸੀਟਾਂ ਵੰਡ ਲਈਆਂ, ਅਤੇ ਫਿਰ ਬੋਲੇ ਕਹਿੰਦੇ ਕੋਈ ਨਹੀਂ, ਇਹਨਾਂ ਨੂੰ ਉਮੀਦਵਾਰ ਖੜ੍ਹੇ ਕਰਨ ਦਿਓ, ਉਮੀਦਵਾਰ ਖੜ੍ਹੇ ਕਰਦੇ ਸਾਰ ਜੁੰਡੋ ਜੁੰਡੀ ਹੋ ਜਾਣਗੇ। ਗੁਰੂ ਦੀ ਐਸੀ ਪਾਰ ਬਖਸ਼ਿਸ਼ ਹੋਈ, ਅਕਾਲੀ ਕਾਂਗਰਸ ਅਤੇ ਬੀਜੇਪੀ ਤੋਂ ਪਹਿਲਾਂ PDA ਨੇ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਪਹਿਲੇ ਉਤਾਰੇ। ਅਤੇ ਉਮੀਦਵਾਰ ਵੀ ਕੈਸੇ ਹੈ ਜਿਹੜੇ ਅਕਾਲੀ ਅਤੇ ਕਾਂਗਰਸੀ ਕਦੇ ਸੁਪਨੇ 'ਚ ਨਹੀਂ ਸੋਚ ਸਕਦੇ, ਐਸੇ ਉਮੀਦਵਾਰ ਪੰਜਾਬੀਆਂ ਦੀ ਆਸ ਅਤੇ ਖਰੇ ਉਤਰਨ ਵਾਲੇ। ਦੋਸਤੋ ਜਦੋਂ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੂਜੀ ਮੀਟਿੰਗ ਹੋਈ, ਰਾਜੂ ਜੀ ਅਤੇ ਬਹਿਣੀਵਾਲ ਸਾਹਿਬ ਕਹਿੰਦੇ ਸਾਡੀ ਇੱਕ ਸ਼ਰਤ ਹੈ। ਮੈਂ ਅਤੇ ਖਹਿਰਾ ਸਾਹਿਬ ਅਸੀਂ ਬੜੇ ਸ਼ਸ਼ੋ ਪੰਜ 'ਤੇ ਪਏ, ਵੀ ਪਤਾ ਨਹੀਂ ਕਿਹੜੀ ਸ਼ਰਤ ਲੈ ਕੇ ਆ ਗਏ ਯਾਰ। ਕਹਿੰਦੇ ਸਾਡੀ ਸ਼ਰਤ ਹੈ ਵੀ ਦੇਸ਼ ਦੀ ਪ੍ਰਧਾਨ ਮੰਤਰੀ ਭੈਣ ਕੁਮਾਰੀ ਮਾਇਆਵਤੀ ਬਣੂਗੀ। ਮੈਂ ਜਾਓ ਰਾਜੂ ਜੀ, ਅਸੀਂ ਤਾਂ ਸਮਝ ਗਏ ਵੀ ਪਤਾ ਨਹੀਂ ਕਿੱਡੀ ਸ਼ਰਤ ਲੈ ਕੇ ਆਏ ਹੋ। ਜੇ ਅਸੀਂ ਭੈਣ ਕੁਮਾਰੀ ਮਾਇਆਵਤੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਬਣਾਉਣਾ, ਹੋਰ ਉਹ ਝੂਠੇ 56 ਇੰਚ ਸੀਨੇ ਵਾਲੇ ਪ੍ਰਧਾਨ ਮੰਤਰੀ ਨੂੰ ਜਿਹੜਾ 2.5 ਕਰੋੜ ਨੌਕਰੀਆਂ ਵੰਡਦਾ, ਜਿਹੜਾ ਲੋਕਾਂ ਨੂੰ ਫਿਰਕੂ ਆਧਾਰ 'ਤੇ ਵੰਡਦਾ, ਜਿਹੜਾ 15 ਲੱਖ ਰੁਪਈਆ ਹਰੇਕ ਭਾਰਤੀ ਦੇ ਖਾਤੇ 'ਚ ਪਾਉਂਦਾ, ਅਤੇ ਜਾਂ ਅਸੀਂ ਉਸ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਜਿਹੜਾ ਗੱਪ ਮਾਰਨ ਲੱਗਿਆ 72,000 ਰੁਪਈਆ ਤੁਹਾਡੇ ਖਾਤੇ 'ਚ ਪਾਉਣ ਲੱਗ ਗਿਆ। ਮੈਂ ਇਹਨਾਂ ਨੂੰ ਦੱਸਿਆ, ਬਹਿਣੀਵਾਲ ਸਾਹਿਬ ਅਤੇ ਰਾਜੂ ਜੀ ਨੂੰ, ਮੈਂ ਰਾਜੂ ਜੀ
ਮੇਰੇ ਬਹੁਤ ਸਾਰੇ ਰਿਸ਼ਤੇਦਾਰ ਯੂਪੀ ਦੇ ਵਿੱਚ ਖੇਤੀ ਕਰਦੇ ਆ, ਤੁਹਾਡੇ ਵੀ ਹੈਗੇ ਆ। ਜਦੋਂ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਪੁੱਛਦਾ ਵੀ ਤੁਹਾਡੇ ਸੂਬੇ ਦੇ ਵਿੱਚ ਸਭ ਤੋਂ ਚੰਗਾ ਮੁੱਖ ਮੰਤਰੀ ਕੌਣ ਹੈ, ਤੇ ਮੇਰੇ ਰਿਸ਼ਤੇਦਾਰ ਦੱਸਦੇ ਵੀ ਭੈਣ ਕੁਮਾਰੀ ਮਾਇਆਵਤੀ ਨੰਬਰ 1 ਹੈ। ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਜਾਨ। ਇੱਕ ਉਹ ਗਰੀਬ ਪਰਿਵਾਰ ਦੀ ਦਲਿਤ ਧੀ ਜਿਹੜੀ ਤੁਹਾਡੇ ਦੁੱਖ ਤੇ ਦਰਦ ਨੂੰ ਸਮਝਦੀ ਹੈ, ਜਿਹੜੀ ਤੁਹਾਡੇ ਦੁੱਖ ਤੇ ਦਰਦ ਨੂੰ ਨਿਵਾਰਨ ਕਰਨ ਦੀ ਸ਼ਕਤੀ ਰੱਖਦੀ ਹੈ, ਜਿਹੜੀ ਪੰਜਾਬ ਦੇ ਤੇ ਦੇਸ਼ ਦੇ ਬਾਕੀ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਲੰਬਰਦਾਰ ਹੈ, ਜਿਹੜੀ ਇਸ ਫੈਡਰਲ ਸਿਸਟਮ ਦੇ ਅੰਦਰ ਜਿਹੜੀ ਸ਼ਕਤੀਆਂ ਦੀ ਵੰਡ ਹੋਈ ਆ ਕੇਂਦਰ ਤੇ ਰਾਜਾਂ ਦੇ ਅੰਦਰ, ਉਹ ਬਾਬਾ ਭੀਮ ਰਾਓ ਅੰਬੇਦਕਰ ਸਾਹਿਬ ਦੇ ਸੰਵਿਧਾਨ ਦੁਆਰਾ ਜੋ ਸ਼ਕਤੀਆਂ ਦੀ ਵੰਡ ਹੋਈ ਆ ਉਹਦੀ ਸਭ ਤੋਂ ਵੱਡੀ ਲੰਬਰਦਾਰ ਹੈ। ਤੇ ਸਾਡੀ ਪੰਜਾਬ ਵਾਲਿਆਂ ਦੀ ਸਭ ਤੋਂ ਵੱਡੀ ਮੰਗ ਇਹੀ ਹੈ, ਜਿਹੜਾ ਸੰਵਿਧਾਨਕ ਤੌਰ ਤੇ ਗੈਰ ਕਾਨੂੰਨ ਤਰੀਕੇ ਦੇ ਨਾਲ ਗੈਰ ਸੰਵਿਧਾਨਕ ਤੌਰ ਤੇ ਸੰਵਿਧਾਨ ਨੂੰ ਪਰੇ ਰੱਖਦੇ ਹੋਏ ਸਾਡੇ ਪੰਜਾਬ ਦਾ ਹਕੂਕ ਲੁੱਟਿਆ ਗਿਆ, ਪਾਣੀ ਲੁੱਟਿਆ ਗਿਆ, ਤੇ ਭੈਣ ਕੁਮਾਰੀ ਮਾਇਆਵਤੀ ਉਸ ਸੰਵਿਧਾਨ ਦੀ ਰਖਵਾਲੀ ਆ ਦੇਸ਼ ਦੇ ਅੰਦਰ ਸਭ ਤੋਂ ਵੱਡੀ। ਤੇ ਦੋਸਤੋ ਸਾਡੀ ਤ੍ਰਾਸਦੀ ਹੈ, ਪੰਜਾਬ ਦਾ ਪਾਣੀ ਲੁੱਟਿਆ, ਗੈਰ ਕਾਨੂੰਨ ਧਰਾਵਾਂ ਬਣਾ ਕੇ, ਗੈਰ ਸੰਵਿਧਾਨਕ ਧਰਾਵਾਂ ਬਣਾ ਕੇ 262 ਦਾ ਉਲੰਘਣ ਕਰਕੇ, ਪੁਨਰਗਠਨ 1966 ਧਾਰਾ 78 79 ਤੇ 80 ਸਾਡਾ ਪਾਣੀ ਲੁੱਟਣ ਵਾਸਤੇ ਬਣਾਈਆਂ ਗਈਆਂ, ਜਿਹੜੇ ਬਾਬਾ ਭੀਮ ਰਾਓ ਅੰਬੇਦਕਰ ਸਾਹਿਬ ਦੇ ਬਣਾਏ ਸੰਵਿਧਾਨ ਦੀ 262 ਦਾ ਉਲੰਘਣ ਹੈ। ਤੇ ਦੋਸਤੋ ਮੈਂ ਰਿਣੀ ਹੈ, ਮੈਂ ਤੁਹਾਡੇ ਸੈਕਰੀਫਾਈਜ਼ ਅੱਗੇ, ਤੁਹਾਡੇ ਕਰਮ ਅੱਗੇ, ਤੁਹਾਡੀ ਹਿੰਮਤ ਤੇ ਲਗਨ ਦੇ ਅੱਗੇ ਸ਼ਰਧਾ ਨਾਲ ਸਿਰ ਨੀਵਾਂ ਕਰਦਾ। ਮੈਂ ਆਪਣੇ ਦੋਸਤਾਂ ਨੂੰ ਕਹਿੰਦਾ, ਉਹ ਦੋਸਤੋ ਜੇ ਵਰਕਰੀ ਸਿੱਖਣੀ ਆ ਤਾਂ ਬਸਪਾ ਦੇ ਵਰਕਰਾਂ ਕੋਲੋਂ ਸਿੱਖੋ, ਜਿਹਦੇ ਕੋਲੇ ਸਾਈਕਲ ਹੈ, ਉਹ ਜਿਹਦੇ ਕੋਲੇ ਸਾਈਕਲ ਆ ਉਹ ਸਾਈਕਲ ਤੇ ਦੋ ਝੰਡੇ ਬੰਨ ਕੇ ਤੁਰਿਆ ਫਿਰਦਾ ਹੈ, ਜਿਹਦੇ ਕੋਲੇ ਮੋਟਰਸਾਈਕਲ ਆ ਉਹ ਮੋਟਰਸਾਈਕਲ ਤੇ ਜਿਹਦੇ ਕੋਲੇ ਸਾਈਕਲ ਤੇ ਮੋਟਰਸਾਈਕਲ ਹੈ ਨਹੀਂ ਉਹਨੇ ਝੰਡਾ ਮੋਢੇ ਤੇ ਟੰਗਿਆ ਤੇ ਪੈਦਲ ਹੀ ਤੁਰਿਆ ਹੋਇਆ ਪਿੰਡਾਂ ਦੇ ਅੰਦਰ। ਮੈਂ ਤੁਹਾਡੇ ਇਸ ਕਰਮ ਦੇ ਅੱਗੇ ਸ਼ਰਧਾ ਨਾਲ ਸਿਰ ਨੀਵਾਂ ਕਰਦਾ। ਤੁਹਾਡੇ ਇਸ ਕਰਮ ਨੇ, ਤੁਹਾਡੀ ਇਸ ਹਿੰਮਤ ਤੇ ਲਗਨ ਨੇ ਉਸ ਹੰਕਾਰੀ ਮੁੱਖ ਮੰਤਰੀ ਜਿਹੜਾ ਅੱਜ ਤੋਂ ਮਹੀਨਾ ਪਹਿਲਾਂ ਕਹਿੰਦਾ ਸੀ, ਪੱਤਰਕਾਰ ਪੁੱਛਦੇ ਸੀ ਵੀ ਕੈਪਟਨ ਸਾਹਿਬ ਲੋਕ ਸਭਾ ਦੀਆਂ ਸੀਟਾਂ ਦਾ ਕਾਂਗਰਸ ਪਾਰਟੀ ਕਿੱਥੇ ਖੜਦੀ ਹੈ, ਤੇ ਕੈਪਟਨ ਪੱਟ ਨੂੰ ਥਾਪੀ ਮਾਰ ਕੇ ਕਹਿੰਦਾ ਸੀ ਤੇਰਾ ਹੀ ਮੇਰੀਆਂ। ਤੇ ਆ 5-4 ਦਿਨ ਪਹਿਲਾਂ ਮੈਂ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਇੰਟਰਵਿਊ ਟੀਵੀ ਤੇ ਦੇਖ ਰਿਹਾ ਸੀ, ਇੱਕ ਪੱਤਰਕਾਰ ਦੋਸਤ ਨੇ ਪੁੱਛਿਆ ਕੈਪਟਨ ਸਾਹਿਬ ਕਿੰਨੀਆਂ, 13 ਭੁੱਲ ਗਿਆ, ਤੁਹਾਡੇ ਜੋਸ਼ ਕਰਕੇ 13 ਭੁੱਲ ਗਿਆ, ਕਹਿੰਦਾ ਵੱਡੀ ਗਿਣਤੀ ਦੇ ਵਿੱਚ ਸਫਲਤਾ ਹਾਸਲ ਕਰਾਂਗੇ, ਫੂਕ ਨਿਕਲ ਗਈ ਕੈਪਟਨ ਦੀ। ਕਿਸੇ ਨੇ ਦੋਸਤੋ ਕਿਸੇ ਸਿਆਣੇ ਸੱਜਣ ਨੇ ਖਰਗੋਸ਼ ਨੂੰ ਪੁੱਛਿਆ ਕਹਿੰਦਾ ਮਾਸ ਖਾਣਾ, ਤੇ ਖਰਗੋਸ਼ ਨੇ ਕਿਹਾ ਮੇਰਾ ਹੀ ਵਾਜੇ ਉਹੀ ਬਹੁਤ। ਤੇ ਅੱਜ ਰਾਜੇ ਨੂੰ ਰਾਣੀ ਬਚਾਉਣ ਦੀ ਪਈ ਆ ਬੈਠਾ ਧਰਮ ਡਾਕਟਰ ਧਰਮਵੀਰ ਗਾਂਧੀ, ਇੱਕ ਪਾਸੇ ਰਾਣੀ ਬੁਲਟ ਪਰੂਫ ਗੱਡੀ ਦੇ ਵਿੱਚ ਪ੍ਰਚਾਰ ਕਰਨ ਨਿਕਲਦੀ ਹੈ, ਤੇ ਦੂਜੇ ਪਾਸੇ ਡਾਕਟਰ ਧਰਮਵੀਰ ਗਾਂਧੀ ਰਕਸ਼ੇ ਦੇ ਉੱਤੇ ਮਾਈਕ ਫੜ ਕੇ ਤੁਰਿਆ ਫਿਰਦਾ ਪਾਰਲੀਮੈਂਟ ਹਲਕਾ ਪਟਿਆਲਾ ਦੇ ਅੰਦਰ। ਮਿਹਨਤ ਕਸ਼ ਲੋਕਾਂ ਨੂੰ ਡਾਕਟਰ ਧਰਮਵੀਰ ਗਾਂਧੀ ਪਸੰਦ ਹੈ, ਮਿਹਨਤ ਕਸ਼ ਲੋਕਾਂ ਨੂੰ ਡਾਕਟਰ ਧਰਮਵੀਰ ਗਾਂਧੀ ਦੀ ਸਮਾਜਿਕ ਸੇਵਾ ਪਸੰਦ ਹੈ, ਇਹ ਕੀ ਟਾਕਰਾ ਕਰ ਲੈਣਗੇ ਤੁਹਾਡਾ। ਦੋਸਤੋ ਜਦੋਂ ਗਰੀਬ ਦੀ ਕੁੱਲੀ ਦੇ ਵਿੱਚੋਂ ਕੋਈ ਤੂਫਾਨ ਉੱਠਦਾ ਹੈ, ਜਦੋਂ ਗਰੀਬ ਦੀ ਕੁੱਲੀ 'ਚੋਂ ਕੋਈ ਅੰਦੋਲਨ ਉੱਠਦਾ ਹੈ, ਤੇ ਫਿਰ ਰਾਜੇ ਮਹਾਰਾਜਿਆਂ ਦੇ ਮਹਿਲਾਂ ਦੇ ਮਨਾਰੇ ਚੱਕਣਾ ਚੂਰ ਹੁੰਦੇ ਹੈ। 2014 ਵਾਲਾ ਇਤਿਹਾਸ ਰਾਜਾ ਰਾਣੀ ਨਹੀਂ ਬਚਾ ਸਕਦਾ, ਬਾਕੀ ਕਾਂਗਰਸ ਤਾਂ ਹੈਗੀ ਕਿਹੜੇ ਬਾਗ ਦੀ ਮੂਲੀ ਨੇ। ਅੱਜ ਲੋਕ ਦੋਸਤੋ 2014 5 ਸਾਲ ਦੀ ਤੁਲਨਾ ਕਰਦੇ ਹੈ, ਫਿਰ ਲੋਕ 2017 2 ਸਾਲ 4 ਮਹੀਨਿਆਂ ਦੀ ਤੁਲਨਾ ਕਰਕੇ ਦੇਖਦੇ ਆ ਬਾਦਲਾਂ ਦੇ ਕਾਰਜਕਾਲ ਦੇ ਨਾਲ। ਉਹੀ ਕੰਮ, ਉਹੀ ਮਾਫੀਆ ਜਿਹੜਾ 10 ਸਾਲ ਪੰਜਾਬ ਨੂੰ ਲੁੱਟਦਾ ਰਿਹਾ, ਅੱਜ ਉਹੀ 2 ਸਾਲ 4 ਮਹੀਨਿਆਂ ਦੇ ਵਿੱਚ ਅੱਜ ਉਹੀ 2 ਸਾਲ 4 ਮਹੀਨਿਆਂ ਦੇ ਅੰਦਰ ਪੰਜਾਬ ਨੂੰ ਕੈਪਟਨ ਤੇ ਉਹਦੇ ਸਾਥੀ ਲੁੱਟਣ ਲੱਗੇ ਹੋਏ ਆ। ਸੋ ਮੇਰੀ ਆ ਗਏ ਭੈਣ ਜੀ। ਸੋ ਦੋਸਤੋ ਸਤਿਕਾਰਯੋਗ ਭੈਣ ਜੀ ਪੰਡਾਲ 'ਚ ਪਹੁੰਚ ਚੁੱਕੇ ਆ,
ਉਹਨਾਂ ਦੀ ਆਮਦ ਤੇ ਇੱਕ ਜ਼ੋਰਦਾਰ ਜਕਾਰਾ, ਪੰਜਾਬ ਡੈਮੋਕ੍ਰੈਟਿਕ ਅਲਾਇੰਸ ਜਿੰਦਾਬਾਦ, ਭੈਣ ਕੁਮਾਰੀ ਮਾਇਆਵਤੀ ਜਿੰਦਾਬਾਦ, ਸਾਡਾ ਏਕਾ ਜਿੰਦਾਬਾਦ, ਰਿਸ਼ਵਤਖੋਰ ਮੁਰਦਾਬਾਦ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।